ਭਾਰਤੀ ਜਨਤਾ ਪਾਰਟੀ ਨੂੰ ਨਾਭਾ ਦੇ ਵਿੱਚ ਉਦੋਂ ਭਰਮਾ ਹੰਗਾਰਾ ਮਿਲਿਆ ਜਦੋਂ ਜਤਿੰਦਰ ਹੰਸ ਦੀ ਅਗਵਾਈ ਦੇ ਵਿੱਚ ਬੋੜਾ ਗੇਟ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਭਾਜਪਾ ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਜਤਿੰਦਰ ਹੰਸ ਨੇ ਸ਼ਾਮਲ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਵਰਕਰ ਦਿਨ ਰਾਤ ਮਿਹਨਤ ਕਰਕੇ ਮਹਾਰਾਣੀ ਪ੍ਰਨੀਤ ਕੌਰ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਸੰਸਦ ਦੇ ਵਿੱਚ ਭੇਜਣਗੇ। ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਭਾਜਪਾ ਆਗੂ ਗਿਰਧਾਰੀ ਲਾਲ, ਸੰਜੀਵ ਜਿੰਦਲ ਅਤੇ ਹੋਰ ਵੀ ਆਗੂ ਮੌਜੂਦ ਸਨ। ਨਾਭਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ। ਅੱਜ ਸਾਡੇ ਬੀਜੇਪੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਜੀ। ਜਤਿੰਦਰ ਹੰਸ ਵੱਲੋਂ ਇਹਨਾਂ ਨੇ ਸਾਡੇ ਪਰਿਵਾਰ 'ਚ ਬਹੁਤ ਵਾਧਾ ਕੀਤਾ ਜੀ, ਜਿਹਦੀ ਸਾਨੂੰ ਬਹੁਤ ਖੁਸ਼ੀ ਆ ਅਤੇ ਅਸੀਂ ਹੁਣ ਸਾਰੇ ਮਹਾਰਾਣੀ ਸਾਹਿਬ ਦੀ ਜਿੱਤ ਦੇ ਲਈ ਕੰਮ ਕਰ ਰਹੇ ਹਾਂ ਅਤੇ ਸਾਨੂੰ ਪੂਰਾ ਯਕੀਨ ਆ ਵੀ ਨਾਭੇ ਦੇ ਵਿੱਚੋਂ ਅਸੀਂ ਵੱਡੀ ਜਿੱਤ ਦੇ ਨਾਲ ਜਿੱਤਾਂਗੇ। ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੀਜੇਪੀ ਪਾਰਟੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਰਿਨੀ ਆ, ਜਿਨ੍ਹਾਂ ਨੇ ਮੈਨੂੰ ਇੱਕ ਮੌਕਾ ਦਿੱਤਾ ਇਹ ਬੀਜੇਪੀ ਦੇ ਵਿੱਚ ਕੰਮ ਕਰਨ ਦਾ। ਮੈਂ ਤਹਿ ਦਿਲੋਂ ਧੰਨਵਾਦ ਆ ਸਾਡੇ ਸਮੁੱਚੀ ਟੀਮ ਦਾ, ਪ੍ਰਧਾਨ ਜੀ ਦਾ, ਸਾਡੇ ਬੱਬੂ ਜੀ ਦਾ, ਬਾਕੀ ਜਿਹੜੇ ਸਹਿਬਾਨ ਨੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੀ। ਅਤੇ ਇਸ ਖੁਸ਼ੀ ਦੇ ਵਿੱਚ ਅੱਜ ਬੋੜਾ ਗੇਟ ਵੱਲੋਂ ਫਿਰ ਜੁਆਇਨਿੰਗ ਕਰਵਾਈ ਗਈ ਹੈ ਇਹ ਜਤਿੰਦਰ ਕੁਮਾਰ ਹੰਸ ਦੇ ਨਾਲ। ਇਹ ਬੀਜੇਪੀ ਦੇ ਵਰਕਰਾਂ ਵਿੱਚ ਇੰਨਾ ਉਤਸ਼ਾਹ ਹੈ ਜੀ ਕਿ ਬਸ ਧਮਾਲਾ ਹੀ ਪੈਂਦੇ ਜਾ ਰਹੇ ਨੇ। ਬੀਜੇਪੀ ਦੀ ਜਿੱਤ 100% ਜਿੱਤਾ, ਮਹਾਰਾਣੀ ਪ੍ਰਨੀਤ ਕੌਰ ਜੀ ਦੀ 100% ਜਿੱਤਾ, ਇਹ ਸਾਰੇ ਭੈਣ ਭਰਾਵਾਂ ਦਾ ਸਹਿਯੋਗ ਨਾਲ ਬੀਜੇਪੀ ਦੀ ਜੈ ਜੈਕਾਰ ਆ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.